ਜ਼ਿੰਦਗੀ ਦੇ ਵਿੱਚ ਹਾਸਾ ਐਕਚੁਅਲੀ ਤੁਰਿਆ ਫਿਰਦਾ ਸਿਰਫ ਉਹਨੂੰ ਲੱਭਣਾ ਕਿਸੇ ਕਿਸੇ ਨੂੰ ਆਉਂਦਾ ਕਿਉਂਕਿ ਮੱਖਣ ਦੁੱਧ ਦੇ ਵਿੱਚ ਹੁੰਦਾ ਜਿਹੜਾ ਰਿੜਕ ਲਵੇ ਮੱਖਣ ਨਿਕਲਦਾ ਉਹਦੇ ਕੋਲੋਂ ਸੋ ਜ਼ਿੰਦਗੀ ਦਾ ਇਹ ਮੱਖਣ ਸਮਝਦਾ ਮੈਂ ਜਿਹੜਾ ਹਾਸਾ ਹੈ ਅਸੀਂ ਕਿੱਦਾਂ ਇਹ ਹਾਸਾ ਕਲੈਕਟ ਕਰੀਦਾ ਤੁਸੀਂ ਜਿਹੜੀਆਂ ਗੱਲਾਂ ਨੋਟ ਨਹੀਂ ਕਰਦੇ ਅਸੀਂ ਨੋਟ ਕਰੀਦੀਆਂ ਕਿ ਹੁਣ ਮੌਸਮ ਦੇ ਵਿੱਚ ਵੀ ਹਾਸਾ ਹੁੰਦਾ ਕਈ ਵਾਰੀ ਇੱਦਾਂ ਰੋਡ 'ਤੇ ਤੁਰੇ ਜਾਂਦੇ ਹੋਈਏ ਘਰੋਂ ਨਿਕਲਿਆ ਕਿਸੇ ਪਾਸੇ ਜਾ ਰਹੇ ਅਚਾਨਕ ਬਰਸਾਤ ਸ਼ੁਰੂ ਹੋ ਜਾਂਦੀ ਹੈ ਸਾਡੇ ਐਟੀਟਿਊਡ 'ਚ ਹਾਸਾ ਹੁੰਦਾ ਹੁਣ ਸਾਹਮਣੇ ਬਰਸਾਤ ਉੱਤੋਂ ਸ਼ੁਰੂ ਹੋ ਗਈ ਅਸੀਂ ਇੱਕਦਮ ਸਾਰੇ ਜਣੇ ਕੀ ਕਰਦੇ ਹਾਂ ਤੁਰੇ ਜਾਂਦੇ ਮੀਂਹ ਸ਼ੁਰੂ ਹੋ ਗਏ ਨਾ ਬੰਦਾ ਪੁੱਛੇ ਵੀ ਇਹ ਹੁਣ ਮੀਂਹ ਰੋਕ ਲਿਆ ਮੈਂ ਵੀ ਦੱਸ ਇੱਥੇ ਮੇਰੇ ਹੱਥਾਂ ਨਾਲ ਰੁਕ ਗਿਆ ਜਿਹੜੀ ਛਤਰੀਆਂ ਨਾਲ ਨਹੀਂ ਰੁਕਦਾ ਬੰਦਾ ਫਿਰ ਭੇਜ ਜਾਂਦਾ ਹਰ ਬੰਦਾ ਚੰਗਾ ਵਾਲਾ ਬੰਦਾ ਵੀ ਐਂ ਕਰਨ ਲੱਗ ਪੈਂਦਾ ਵੀ ਜਿੱਦਾਂ ਹੁਣ ਇਹਨੇ ਮੀਂਹ ਰੋਕ ਲਿਆ ਬਹੁਤ ਹੀ ਗਰਮੀ ਜਦੋਂ ਪੈਂਦੀ ਹੁੰਦੀ ਨਾ ਜਦੋਂ ਧੁੱਪ ਤੁਹਾਨੂੰ ਸਾੜਦੀ ਹੈ ਤੁਹਾਡਾ ਪਿੰਡਾ ਇੱਕ ਜਨਰਲ ਐਟੀਟਿਊਡ ਸਾਰਿਆਂ ਦਾ ਹੁੰਦਾ ਤੁਰੇ ਜਾਣਗੇ ਨਾਲੇ ਸੜਕ 'ਤੇ ਪੈਦਲ ਨਾਲੇ ਬੰਦਾ ਪੁੱਛਿਆ ਚਾਰ ਫੂਕਾ ਮਾਰ ਕੇ ਸੂਰਜ ਬੁਝਾ ਲਏਗਾ ਭਰਾ ਮੇਰੇ ਪਰ ਪਤਾ ਨਹੀਂ ਕਿਉਂ ਸਾਰੇ ਇੱਦਾਂ ਕਰਦੇ ਨੇ ਇੱਕ ਜਦੋਂ ਬਹੁਤ ਹੀ ਠੰਡ ਲੱਗਦੀ ਹੈ ਨਾ ਉਦੋਂ ਬੜਾ ਮੈਨੂੰ ਹਾਸਾ ਆਉਂਦਾ ਜੇ ਜਦੋਂ ਠੰਡ ਲੱਗਦੀ ਲੋਕਾਂ ਨੂੰ ਸਾਰੇ ਵੇਖਣਾ ਨੇ ਠੰਡ 'ਚ ਜਾਈ 'ਚੋਂ ਨਿਕਲ ਕੇ ਬਾਹਰ ਗੇਟ ਖੋਲਣ ਜਾਣਾ ਪਵੇ ਜਾਂ ਕਿਚਨ ਤੱਕ ਜਾਣਾ ਪਵੇ ਨਿੱਕਾ ਮੋਟਾ ਕੋਈ ਕੰਮ ਕਰਨਾ ਪਵੇ ਨਾ ਉਦੋਂ ਦੇਖੋ ਸਾਡੀ ਬਾਡੀ ਲੈਂਗੁਏਜ ਕੀ ਕਰਦੀ ਹੁੰਦੀ ਜਦੋਂ ਨਿਕਲ ਜਾਈ 'ਚ ਬੰਦਾ ਪੁੱਛੇ ਵੀ ਠੰਡ ਕੋਲੋਂ ਚੋਰੀ ਲੰਘ ਜਾਓਗੇ ਕਿਸੇ ਪਾਸੋਂ ਠੰਡ ਨੂੰ ਪਤਾ ਨਹੀਂ ਲੱਗਣਾ ਵੀ ਉਹ ਜਾਣ ਡੇ ਭਾਵੇਂ ਐਂ ਘਰ 'ਤੇ ਭਾਵੇਂ ਉਹ ਕਰ ਠੰਡ 'ਤੇ ਆ ਕੇ ਲੱਗ ਹੀ ਜਾਣੀ ਕਿਸੇ ਪਾਸੋਂ ਸੋ ਗੱਲ ਇਹ ਜੀ ਕਿ ਸਾਡੀ ਤਾਂ ਕੋਸ਼ਿਸ਼ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਹਸਾਇਆ ਜਾਏ ਪਰ ਹੱਸਣਾ ਨਾ ਹੱਸਣਾ ਤੁਹਾਡੇ 'ਤੇ ਡਿਪੈਂਡ ਕਰਦਾ ਔਰ ਕਿਉਂਕਿ ਦੇਖੋ ਜੀ ਹਰ ਬੰਦੇ ਦੀ ਫਿਤਰਤ ਅਲੱਗ ਅਲੱਗ ਹੁੰਦੀ ਹੈ ਹੁਣ ਬੱਚੇ ਹੋਰ ਗੱਲਾਂ ਤੋਂ ਹੱਸਦੇ ਨੇ ਕੁੜੀਆਂ ਦੇ ਹਾਸੇ ਹੋਰ ਤਰ੍ਹਾਂ ਦੇ ਹੁੰਦੇ ਮੁੰਡਿਆਂ ਦੇ ਹਾਸੇ ਹੋਰ ਤਰ੍ਹਾਂ ਦੇ ਹੁੰਦੇ ਨੇ ਲੇਡੀਜ਼ ਦੇ ਜੈਂਟਸ ਦੇ ਫਰਕ ਹੁੰਦਾ ਬਿਜ਼ਨਸ 'ਤੇ ਵੀ ਡਿਪੈਂਡ ਕਰਦਾ ਨੌਕਰੀ 'ਤੇ ਵੀ ਡਿਪੈਂਡ ਕਰਦਾ ਜੋਬ 'ਤੇ ਡਿਪੈਂਡ ਕਰਦਾ ਬੰਦੇ ਦਾ ਹਾਸਾ ਜਿਹੜਾ ਹੁਣ ਬੱਚੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ ਉਹਨਾਂ ਨੂੰ ਵਧੀਆ ਤੋਂ ਵਧੀਆ ਜੋਕਸ ਨਾ ਲਓ ਅੱਛੀ ਤੋਂ ਅੱਛੀ ਹਰਕਤ ਉਹਨਾਂ ਦੇ ਸਾਹਮਣੇ ਕਰ ਲਓ ਤਾਂ ਕਈ ਵਾਰੀ ਨਹੀਂ ਹੱਸਣਗੇ ਅਤੇ ਕਈ ਵਾਰ ਸਿਰਫ ਇੰਨਾ ਕਹਿ ਦਿਓ ਬਤਾਓ ਬਤਾਓ ਤੋ ਅਸੀਂ ਜਾਣੇ ਅੰਕਲ ਅੰਕਲ ਕਹਿੰਦੇ ਬਤਾਓ ਬੱਚੇ ਤਾਂ ਕੀ ਪਤਾ ਕਿਹੜੀ ਗੱਲ ਤੋਂ ਨੇ ਹੱਸ ਪੈਣਾ ਮੈਨੂੰ ਯਾਦ ਆ ਸਾਡੇ ਇੱਦਾਂ ਜੇ ਕਰੀ ਸ਼ੋਅ ਸੀ ਆਰਮੀ ਦਾ ਆਰਮੀ ਸਟੇਸ਼ਨ 'ਤੇ ਸ਼ੋਅ ਬੜੇ ਚਾਰ ਅਸੀਂ ਗਏ ਲਓ ਵੀ ਅੱਜ ਡਿਫੈਂਸ ਵਾਲਿਆਂ ਨੂੰ ਹਸਾਉਣ ਚੱਲੇ ਹਾਂ ਆਰਮੀ ਵਾਲਿਆਂ ਨੂੰ ਹਸਾਉਣ ਚੱਲੇ ਹਾਂ ਸ਼ੋਅ ਕੀਤਾ ਅਸੀਂ 10-12 ਕਮੇਡੀਅਨ ਪੂਰੇ ਵੱਡੇ ਵੱਡੇ ਸਾਡੇ ਮੇਰੇ ਨਾਲ ਜਿਹੜੇ ਮੁੰਡੇ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ 'ਚ ਵੀ ਅਸੀਂ ਇਕੱਠਿਆਂ ਨੇ ਕੰਮ ਕੀਤਾ ਹੋਰ ਵੀ ਅੱਛੇ ਅੱਛੇ ਕਮੇਡੀਅਨ ਹਿੰਦੁਸਤਾਨ ਦੇ ਅਸੀਂ ਟਿੱਲ ਦਾ ਜ਼ੋਰ ਲਾ ਲਿਆ ਜੀ ਸਮਝ ਨਾ ਆਵੇ ਵੀ ਆਰਮੀ ਵਾਲਿਆਂ ਸਾਹਮਣੇ ਲਾਫਟਰ ਕਿਉਂ ਨਹੀਂ ਆਉਣ ਡੇ ਉੱਥੇ ਇਹ ਰੂਲ ਹੁੰਦਾ ਜੀ ਵੀ ਸਾਹਮਣੇ ਬੈਠੇ ਸੀ ਲੈਫਟੀਨੈਂਟ ਜਨਰਲ ਸਾਹਿਬ ਉੱਥੇ ਆਰਮੀ ਦੇ ਆਪਣੇ ਅਸੂਲ ਨੇ ਵੀ ਜੇ ਰੋਟੀ ਖਾਣ ਬੈਠੇ ਜਿੱਥੇ ਜਨਰਲ ਸਾਹਿਬ ਨੇ ਜੇ ਚੌਲ ਖਾਧੇ ਸਾਰਿਆਂ ਚੌਲ ਹੀ ਪਾਉਣੇ ਨੇ ਜਿਹਨੇ ਤਰੀ ਪਾਈ ਜਨਰਲ ਸਾਹਿਬ ਨੇ ਸਾਰਿਆਂ ਨੇ ਤਰੀ ਪਾਉਣੀ ਹੈ ਅਤੇ ਜਿੱਥੇ ਜਨਰਲ ਸਾਹਿਬ ਨੇ ਰੋਟੀ ਛੱਡਤੀ ਸਮਝੋ ਸਾਰੇ ਰੱਜ ਗਏ ਉੱਥੇ ਰੋਟੀ ਛੱਡ ਕੇ ਉੱਠ ਗਏ ਹੁਣ ਜਨਰਲ ਸਾਹਿਬ ਹੱਸਣ ਅਤੇ ਬਾਕੀ ਹੱਸਣ ਸਾਰੀ ਆਰਮੀ ਦੀ ਜ਼ਰੂਰਤ ਨਹੀਂ ਪਿਆ ਅਸੀਂ ਵਧੀਆ ਤੋਂ ਵਧੀਆ ਗੱਲਾਂ ਸੁਣਾ ਕੇ ਵੇਖ ਲਈਆਂ ਸਾਰੀ ਆਰਮੀ ਸਾਹਮਣੇ ਬੈਠੀ ਜਨਰਲ ਵੱਧ ਤੋਂ ਵੱਧ ਮਾੜਾ ਜਿਹਾ ਵਹੁਟੀ ਜਲ ਦੇਖ ਲਿਆ ਕਰੇ ਪਿੱਛੇ ਆਰਮੀ ਵੀ ਸਾਰੀ ਉੱਨੀ ਕੇ ਕਈਆਂ ਨੂੰ ਵਿਚਾਰਿਆਂ ਨੂੰ ਆਉਂਦਾ ਵੀ ਸੀ ਹਾਸਾ ਜਦੋਂ ਕੁੱਤੇ ਨੂੰ ਖੰਘ ਲੱਗੀ ਹੁੰਦੀ ਉਹਨਾਂ ਕੁ ਜ਼ੋਰ ਲਾਈ ਜਾਣ ਹੁਣ ਜਨਰਲ ਨਾਲ ਹੱਸੇ ਤੇ ਉਹ ਕਿੱਥੋਂ ਹੱਸਣ ਤੇ ਇੰਨੀ ਨਮੋਸ਼ੀ ਅਸੀਂ ਮਹਿਸੂਸ ਕੀਤੀ ਅਸੀਂ ਸੋਚਿਆ ਵੀ ਇਹ ਕੰਮ ਹੀ ਛੱਡ ਜਾਣਾ ਤੇ ਬਾਅਦ ਜਦੋਂ ਦੋ ਲਫ਼ਜ਼ ਬੋਲਣ ਨੂੰ ਕਿਹਾ ਜਨਰਲ ਸਾਹਿਬ ਨੂੰ ਮਾਈ ਤੇ ਆ ਕੇ ਕਹਿੰਦੇ ਵੈਲ ਡਨ ਬੋਇਜ਼ ਔਰ ਮੈਂ ਇਹ ਗੱਲ ਬੜੇ ਫਖਰ ਨਾਲ ਦੱਸਣਾ ਚਾਹੁੰਦਾ ਕਿ ਅੱਜ ਇਹਨਾਂ ਮੁੰਡਿਆਂ ਨੇ ਬਹੁਤ ਹਸਾਇਆ ਔਰ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਮੈਂ ਜ਼ਿੰਦਗੀ 'ਚ ਇੰਨਾ ਕਦੇ ਨਹੀਂ ਹੱਸਿਆ ਜਿੰਨਾ ਅੱਜ ਹੱਸਿਆ ਸਾਨੂੰ ਸਾਰੇ ਸ਼ੋਅ ਤੋਂ ਬਾਅਦ ਐਸਾ ਹਾਸਾ ਆਇਆ ਉਸ ਜਰਨਲ 'ਤੇ ਜਿੰਨਾ ਸਾਡੇ ਸਾਰੇ ਸ਼ੋਅ 'ਚ ਨਹੀਂ ਆਇਆ ਲੋਕ ਜਿੱਦਾਂ ਸਾਰੀ ਪ੍ਰਾਈਵੇਟਾਈਜੇਸ਼ਨ ਹੋ ਰਹੀ ਹੈ ਕੱਲ੍ਹ ਨੂੰ ਪਤਾ ਲੱਗੇ ਸ਼ਮਸ਼ਾਨ ਘਾਟ ਪ੍ਰਾਈਵੇਟ ਹੋ ਗਏ ਸੋ ਉੱਥੇ ਮਾਰੋ ਮਾਰ ਪਈ ਕੰਪਨੀ ਘਾਟੇ 'ਚ ਜਾਣ ਡਈ ਉੱਥੇ ਮੁਸੀਬਤਾਂ ਪਈਆਂ ਆਪਣੇ ਬੰਦੇ ਛੱਡੇ ਨੇ ਜਾ ਕੇ ਲੋਕਾਂ ਨੂੰ ਮਤਲਬ ਇੰਪ੍ਰੈਸ ਕਰ ਰਹੇ ਨੇ ਵੀ ਜਲਦੀ ਮਰਨ ਦੇ ਕੀ ਫਾਇਦੇ ਨੇ ਲੋਕਾਂ ਨੂੰ ਕਨਵਿੰਸ ਕਰ ਰਹੇ ਨੇ ਕਿ ਦੇਖੋ ਭਾਈ ਸਾਹਿਬ ਇਹ ਤੁਸੀਂ 6 ਮਹੀਨੇ ਦੇ ਅੰਦਰ ਅੰਦਰ ਮਰਦੇ ਹੋ ਤਾਂ ਇਹ ਇਨਸੈਂਟਿਵਸ ਤੁਹਾਨੂੰ ਮਿਲਣਗੇ ਪਤਾ ਲੱਗੇ ਸਕੀਮਾਂ ਦੇ ਰਹੇ ਨੇ ਵੀ ਜਿਹੜਾ ਪਹਿਲਾਂ 2 ਮਹੀਨਿਆਂ ਦੇ ਵਿੱਚ ਮਰੇਗਾ ਨਾਲ ਇੱਕ ਟੈਲੀਵਿਜ਼ਨ ਸੈੱਟ ਦੇਵਾਂਗੇ ਨਾਲ ਇੱਕ ਰੇਡੀਓ ਦੇਵਾਂਗੇ ਉੱਪਰ ਜਾ ਕੇ ਪ੍ਰਲੋਕ 'ਚ ਬਹਿ ਕੇ ਗਾਣੇ ਸੁਣੋ ਮਨ ਡੋਲੇ ਮੇਰਾ ਤਨ ਡੋਲੇ ਸੋ ਕਹਿਣ ਦਾ ਮਤਲਬ ਕਿ ਇਹ ਚੀਜ਼ਾਂ ਕੱਲ੍ਹ ਨੂੰ ਇੱਥੇ ਤੱਕ ਵੱਧ ਜਾਣੀਆਂ ਵੀ ਡਾਕਟਰਾਂ ਨੂੰ ਸੁਪਾਰੀਆਂ ਦੇਣਗੇ ਡਾਕਟਰ ਸਾਹਿਬ ਉੱਥੇ ਭੁੱਖੇ ਮਰਨ ਡਿਆ ਕੋਈ ਗਾਹਕ ਤੇ ਭੇਜੋ ਚਾਰ ਸ਼ਮਸ਼ਾਨ ਘਾਟ ਹੀ ਨਹੀਂ ਚੱਲਣ ਡਿਆ ਉਹਦੇ ਬੰਦ ਹੋਣ ਤੇ ਆਇਆ ਸੋ ਸੋਚਣ ਦੀ ਗੱਲ ਹੈ ਜੀ ਜਿੰਨਾ ਮਰਜ਼ੀ ਵਧੀਆ ਸੋਚੀ ਜਾਓ ਪਰ ਇੱਕ ਕਮੇਡੀਅਨ ਇੱਕ ਹਾਸਰਸ ਕਲਾਕਾਰ ਦੀ ਉਡਾਣ ਹੁੰਦੀ ਹੈ ਜੀ ਕਿਸੇ ਪਾਸੇ ਨੂੰ ਵੀ ਜਾ ਸਕਦੀ ਹੈ ਸਾਡੇ ਪਿੰਡ ਦੀ ਇਹ ਗੱਲ ਹੀ ਹੈ ਨਾ ਜੀ ਸਾਡੇ ਮੇਰੇ ਆਪਣੇ ਕਜ਼ਨ ਦੀ ਗੱਲ ਹੈ ਵੀ ਉਹ ਪਿੱਛੇ ਜੇ ਪਟਵਾਰੀ ਭਰਤੀ ਹੋ ਗਿਆ ਤੇ ਉਹਦੇ ਨਾਲ ਇੱਕ ਸ਼ਹਿਰ ਦਾ ਲੂਟਾ ਜਿਹਾ ਕੂਲਾ ਜਿਹਾ ਮੁੰਡਾ ਸੀ ਉਹ ਵੀ ਪਟਵਾਰੀ ਭਰਤੀ ਹੋ ਗਿਆ ਸ਼ਹਿਰ ਹੀ ਹੈ ਵਿਚਾਰਾ ਮੁੰਡਾ ਸੀ ਸ਼ਹਿਰਾਂ ਵਿੱਚ ਤੁਹਾਨੂੰ ਪਤਾ ਗਿਣ ਗਿਣ ਕਿਤੇ ਫੁਲਕੇ ਖਾਂਦੇ ਕਿਸੇ ਸ਼ਹਿਰ 'ਚ ਕਿਸੇ ਟਿਪੀਕਲ ਸ਼ਹਿਰੀਏ ਦੇ ਘਰ ਪਰਾਹੁਣੇ ਚਲੇ ਜਾਓ ਨਾ ਤੇ ਜ਼ਨਾਨੀਆਂ ਨਾ ਵਿੱਚੋਂ ਦੀ ਸਰਵਿਸ ਵਿੰਡੋ 'ਚ ਤੁਹਾਡੀਆਂ ਗ੍ਰਾਹੀਆਂ ਗਿਣੀਆਂ ਜਾਣਗੀਆਂ ਵੀ ਇਹਦੇ ਅਜੇ ਵੀ ਖਾਣ ਡੇ ਆ ਮਤਲਬ ਪਹਿਲਾਂ ਤਾਂ ਫੁਲਕਾ ਦੇ ਜਾਣਗੀਆਂ ਦੂਜਾ ਫੁਲਕਾ ਬੜਾ ਔਖਾ ਜਿਹਾ ਵੇਖ ਕੇ ਤੁਹਾਡੇ ਰੱਖਣਗੀਆਂ
तीजे फुलके वेले तो सड़िया बलिया हो गया तो चौथे फुलके वेले तो आके पुछ ही लैनगियां भरा जी चौथा फुलका रखा अगले जान निकल जाती भी ये गिणे ही है भरावा जी करता भी पहले भी वापस कर दईए किसी तरीके सो लोगों की कपैसिटी होंगी खाने की तुम दसिया भी कूड़ा जहा मुंडा लूटा जहा बेचारा पटवारी भर्ती हो गया पिंड गया तो कजन मेरे ने बेबे यानी कि अपनी दादी को कढ़े आर्डर आंदा बीबी मुंडा शहरों आया इस तरह कर मक्की के ढोडे ला अज फटाफट दादी मेरी ने मक्की का आटा मलिया साग तो पहले रिदा ही तो जदों दते मखन के नाल दो मंडे फटाफट ने अपने ढोडे दते मक्की उन्होंने स्वाद ही बड़ा ना रज के पहली बार रोटी खाधी सी तो तीन चार खा के लांबे हो गया इन स्वाद बड़ा लगा एक एक करके फुलके रखाई जाए उधर आटा मुक गया बेबे कहिंदी चंगा नहीं लगता मुंडा खाण दे फटाफट आटा थोड़ा जिहा होर पाया बाटी च थोड़ा जिहा गुन लिया दो फटाफट फुलके होर लाते उन्हें मक्की दे वह भी खा गया बेबे कहिंदी भी पुत्र होर खाएगा आंदा नहीं उतरा तो रज गए तो साग बचिया ही थोड़ा तो कदा खा लांगे पहली बार रज के खुल के रोटी मिली उन्होंने तो स्वाद फटाफट बेबी मेरी ने कंध दे उतों दी ना फड़ लिया थोड़ा जिहा आटा मक्की का फटाफट मलिया दो होर ला दिते बड़ा हो जाता थोड़ा साग थुड़ गया साग दे पायो उन्होंने साग होर पाता लो आंदा हुण साग वध गया जी ते बीबी कहिंदी फिर हुण आंदा कोई नहीं अद्धा क फुलका दे दे अद्धा फुलका खाधा कहिंदी पुत्र होर आंदा अद्धी बड़ी स्वाद लगी जे तीन चार अद्धियां ही लियाओ वह अद्धिया खा गया तीन चार होर मुड़ के चप्पियां ते आ गया जिदा फुलकियां दी भाण लैण डे चप्पे खा गया मतलब बीबी मेरी हैरान उन्हें गुआंढियां दा भी आटा मका छड़िया विचों दादी दुखी भी होई जाए तो वह बेचारा पहली बार एदा लंगर उन्हें वधिया छकिया सी ते अखीर तो सड़ी बली फिर बेबे भी मेरे उन्हें पुछदी है अपने मेरे कजन नूं भी आंटी काका ये मुंडा करदा की आ आंदा बीबी ये भी पटवारी लगा आंदी नहीं मैं ते नहीं इहनूं मानदी भी पटवारी लगा होणा आंदा क्यों नहीं बीबी तूं मानदी मुंडा पटवारी लगा लैं जी कमाल करन दे आ पटवारी ते सारे पिंड दीआं जमीनां दा हिसाब रखदे आ इहनूं ते अंतर जाणे नूं अपने ढिड दा हिसाब नहीं हैगा मैनूं गल जची है जी जिद्दां वाकई कुड़ियां दी तादाद घटदी जा रही है दिन आणगे कोई वड्डी गल नहीं हैगी क्योंकि कुड़ियां ते हौली हौली मुकदियां जा रही हैं समां उह वी आ जाणा है जदों कुड़ियां होणियां नहीं कुड़ियां मुक ही जाणियां सर्कस दे विच जिद्दां लोकी शेर चीते वेखण जांदे फिर लोकां ने टैलीफोन ते दसणा भाई साहब सर्कस लगी वेख के आए हो भाजी जाके वेख के आओ विच दो कुड़ियां भी हैगियां जे बाई गॉड रशिया तो मंगाईया ओरिजिनल कुड़ियां जींदियां हाँ मैं आप देख के आया अच्छा देख के आओ ना आईया तो मैंने फड़ लिया कुड़ियां लोग टिकट से वेखन जाएंगे तो जे कि कुड़ी एक अद्धी कित होई भी फिर वाकई कुड़ी की टौर होनी है बुलेट से तो कुड़ी जान दी मगर मेरे वर्गा बेचारा ऐ बैठा होना तो टौर तो कुड़ी की होनी है ना जी तो वाकई हम जिदा उन्हें दस निकी निकी बूंदे निकिया निकी है मीह नहीं वरे दम्मा की बोरी तेरी बेबे फड़े मतलब गाउन पुठे हो जाने व्याहों के वाकई फिर वेखो ना कैसा मंजर होएगा चंगे भले बड़ी बड़ी दाढ़िया वाले मुछा वाले उदा पिछों मशरूम कट कराया सिर तो मॉडल टाउन बह के मेहंदी लवा दे इधर इधर बूटियां पान मेहंदी बंद लवाने पैने मेहंदी तो कितने लगनी है कुड़िया तुम मार छड़िया मेहंदी की करे उन्हें तो लगना ही है ना कि मुंडिया की लगेगी आर होर की हो सकता जो कुड़िया ना रही तो सिर्फ मुंडे हो गए हाँ मुंडे फिर मुंडिया छेड़िया करे तुरे जाते मुंडे किस मगरों मुंडे ने कह दिया कालर चाहे आता क्या खंडा ला पंजाबी जी गुरदासपुरी की वैसे बड़ी भोली भाली जी भाषा है एड्डी वड्डी गल भी निकी जी कर जाते हैं जिदा बड़ा भोला जहा मूँह बना के मिनटों वड्डी वड्डी गल कई बार कर जाता है साढ़े गुरदासपुर क्योंकि मैं गुरदासपुर में बिलोंग करता जी मैं तो पता भी उत्थे केड्डी वड्डी गल भी कई बार भोले पा कह जाने पुछो होर की हाल चाल है पापा बहुत चढ़ती कला गुरु महाराज की कृपा के होर सुनाओ सब ठीक ठाक जी आज जंतरा जी आ हाँ जी हाँ जी बिल्कुल बापू जी तुम सुनाओ सब ठीक है होर वीर होना की हाल वीर तो ता अंदर होया उम्र कैद हो कुछ नहीं पिंड च माड़ा झगड़ा झुगड़ा हो गया तो मैं माड़े झगड़े च उम्र कैद नहीं वह बंदा मर गया तो फिर हो गया तो मैं को वकील कर लेना है किया वकील उस तरह तो सजा माफ हो जानी वकील चंगा किया वो मैं आखिरी तरीक ही तो वकील ना कि खैबड़ पिया तो कचहरियाँ जमा वकील की लत भन छड़ी तो फिर हो गई उम्र कैद होर सुना जी अजंतरा जी आ सो कह मतलब भी वड्डी सारी गल भी कई बार भोले भा कर जाते हैं वाकई यदि गल ना मैं सहमत हाँ जी कि जे रब भी एक चंगी आत्मा लभन आ जाए ना जी इस धरती के उत्ते तो बहुत मुश्किल है जिहो जिहा समा चल रहा जिहो जिहा दौर चल रहा है मैं तो बड़े इंटलैक्चुअल आदमी ने पूछा मैं कहा जी सारे कहते रब हैगा रब हैगा रब हैगा जे रब हैगा तो नज़र क्यों नहीं आता की कुछ हो रहा धरती के उत्ते रब सामने क्यों नहीं आता कहिंदा रब सामने नहीं आ सकता रब नज़र नहीं आ सकता मैं कहा क्यों नहीं आ सकता रब नूं की प्रॉब्लम है कहिंदा क्योंकि बड़िया रीझां नाल बड़े चावां नाल ने धरती बनाई सी पर इस धरती के लोग जिन्ने गर्क गए ने ना रब दे बेचारा किसी नूं मूंह विखाण जोगा नहीं रहा
ਕੀ ਬਣਾ ਬੈਠਾ ਮੈਂ, ਸੋ ਕਿਹੜੇ ਮੂੰਹ ਨਾਲ ਸਾਹਮਣੇ ਆਵੇ ਜੀ ਰੱਬ।